ਜੀ ਭਾਅ ਜੀ, ਤੁਸੀਂ ਸਾਡੇ ਮੌਜੂਦਾ ਜਿਹੜੇ MPA ਇਲੈਕਟ ਹੋਏ ਆ ਉਹਨਾਂ ਅੱਗੇ ਅਪੀਲ ਕਰਨਾ ਚਾਹ ਰਹੇ ਹੋ ਜਾਂ ਮੌਜੂਦਾ ਗੌਰਮੈਂਟ ਦੇ ਅੱਗੇ ਅਪੀਲ ਕੋਈ ਕਰਨਾ ਚਾਹ ਰਹੇ ਹੋ? ਜੀ, ਮੈਂ ਜ਼ਰੂਰ ਅਪੀਲ ਕਰਨਾ ਚਾਹੁੰਦਾ। ਸਭ ਤੋਂ ਪਹਿਲੇ ਤਾਂ ਮੈਂ ਆਪਣੇ ਰੱਬ ਦੇ ਅੱਗੇ ਆਪਣੀ ਅਪੀਲ ਰੱਖਣਾ ਚਾਹੁੰਦਾ ਕਿ ਖੁਦਾਇਆ, ਤੂੰ ਸਾਡੀ ਅਪੀਲ ਨੂੰ, ਸਾਡੀ ਇਸ ਦੁੱਖ ਦੇ ਵਕਤ ਆ ਕੇ ਸਾਡੀ ਮਦਦ ਕਰ। ਔਰ ਨਾ ਮੈਂ ਉਸ ਤੋਂ ਬਾਅਦ ਆਪਣੀ ਅਪੀਲ ਵਜ਼ੀਰ ਆਜ਼ਮ ਪਾਕਿਸਤਾਨ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਦੇ ਅੱਗੇ ਰੱਖਣਾ ਚਾਹੁੰਦਾ, ਉਸ ਤੋਂ ਬਾਅਦ ਸਦਰੇ ਪਾਕਿਸਤਾਨ ਦੇ ਸਾਹਮਣੇ ਰੱਖਣਾ ਚਾਹੁੰਦਾ, ਉਸ ਤੋਂ ਬਾਅਦ ਵਜ਼ੀਰ ਆਲਾ ਪੰਜਾਬ ਮਰੀਅਮ ਨਵਾਜ਼ ਦੇ ਸਾਹਮਣੇ ਰੱਖਣਾ ਚਾਹੁੰਦਾ ਕਿ ਬਰਾਏ ਮਿਹਰਬਾਨੀ ਕਰਕੇ ਸਾਡੀ ਮਦਦ ਕਰੋ, ਸਾਡੇ ਤੇ ਰਹਿਮ ਕਰੋ, ਸਾਨੂੰ ਤਕਲੀਫਾਂ ਨੂੰ ਤਹੱਫਜ਼ ਦਿਓ ਮਿਹਰਬਾਨੀ ਕਰਕੇ। ਤੇ ਉਸ ਤੋਂ ਬਾਅਦ ਰਾਜਾ ਰਿਆ ਸਾਹਿਬ ਇੱਕ ਸਿਆਸੀ ਘਰਾਣੇ ਨਾਲ ਤੱਲਰ ਰੱਖਦੇ ਆ, ਉਹਨਾਂ ਨੇ ਸਾਰੀ ਉਮਰ ਸਿਆਸਤ ਅੱਗੇ ਗੁਜ਼ਾਰੀ ਹੈ, ਕਿਉਂਕਿ ਇਹ ਮਾਮਲਾ ਨੂੰ ਬੜੇ ਅੱਛੇ ਤਰੀਕੇ ਨਾਲ ਸਮਝਦੇ ਆ, ਕਿ ਰਾਜਾ ਰਿਆਜ਼ ਅੱਗੇ ਸਾਹਿਬ ਅੱਗੇ ਅੱਗੇ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ? ਮੈਂ ਤਮਾਮ ਰਾਜਾ ਸਾਹਿਬ ਜਿੰਨੇ ਵੀ ਉਹਨਾਂ ਦੇ ਫੈਮਿਲੀ ਮੈਂਬਰ ਨੇ, ਮੈਂ ਉਹਨਾਂ ਸਾਰਿਆਂ ਦੇ ਅੱਗੇ ਆਪਣੀ ਅਪੀਲ ਰੱਖਣਾ ਕਿ ਅਗਰ ਤੁਸੀਂ ਮੌਲਾ ਐਲੀ ਦੇ ਮੰਨਣ ਵਾਲੇ ਹੋ ਤੇ ਸਾਡੇ ਨਾਲੋਂ ਬਿਹਤਰ, ਮਸੀਹਾਂ ਨਾਲੋਂ ਬਿਹਤਰ ਤੁਸੀਂ ਜਾਣਦੇ ਹੋ ਵਾਕਿਆ ਕਰਬਲਾ ਨੂੰ, ਕਿ ਉਸ ਵਕਤ ਦੇ ਵਿੱਚ ਜਿਹੜੀਆਂ ਸੈਯਦ ਜ਼ਾਦੀਆਂ ਸਨ ਜਿਨ੍ਹਾਂ ਦੇ ਸਿਰ ਉਹਨਾਂ ਨੇ ਨੰਗੇ ਕਰਤੇ ਸੀ ਯਜ਼ੀਦ ਨੇ, ਉਹਨਾਂ ਦਾ ਸਿਰ ਕਿਹਨਾਂ ਨੇ ਟੱਕਿਆ ਸੀ? ਇਹਨਾਂ ਮਸੀਹਾਂ ਨੇ ਟੱਕਿਆ ਸੀ। ਉਸ ਵੇਲੇ ਉਹਨਾਂ ਦੇ ਚਾਦਰਾਂ ਮਸੀਹਾਂ ਨੇ ਦਿੱਤੀਆਂ ਸੀ, ਸਾਡੇ ਸਿਰਾਂ ਤੋਂ, ਸਾਡੀਆਂ ਬੇਟੀਆਂ ਤੋਂ, ਸਾਡੀਆਂ ਔਰਤਾਂ ਤੋਂ, ਸਿਰ ਤੋਂ ਛੱਤ ਛੀਨ ਲਈ ਗਈ ਹੈ ਸਾਨੂੰ। ਅੱਜ ਸਾਨੂੰ ਇਹ ਮਜਬੂਰ ਕਰ ਦਿੱਤਾ ਗਿਆ ਕਿ ਅਸੀਂ ਰੋ ਪਿੱਟ ਕੇ ਅਸੀਂ ਕਿਹਨੂੰ ਅੱਗੇ ਕਹੀਏ ਸਿਵਾਏ ਆਪਣੇ ਰੱਬ ਤੋਂ ਤੇ ਆਪਣੀ ਹਕੂਮਤ ਵਫਦ ਤੋਂ। ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਕੋਈ ਨਹੀਂ, ਤੁਹਾਡਾ ਚੈਨਲ ਨੈਸ਼ਨਲ ਨਿਊਜ਼ ਨਾਮਾ ਤੁਹਾਡੇ ਦੁੱਖ ਘੜੀ ਦੇ ਨਾਲ ਆ, ਔਰ ਤੁਹਾਡੀ ਪਲ ਪਲ ਦੀ ਖਬਰ ਦੇਗਾ। ਸਭ ਤੋਂ ਪਹਿਲੇ ਨੈਸ਼ਨਲ ਨਿਊਜ਼ ਨਾਮੇ ਨੇ ਤੁਹਾਡੀ ਖਬਰ ਦਿੱਤੀ ਸੀ। ਮੈਂ ਆਪਣੇ ਚੈਨਲ ਦਾ, ਜਿਹੜੇ ਭਾਈ ਆ ਸਾਡਾ ਇੰਟਰਵਿਊ ਲੈ ਰਹੇ ਨੇ, ਮੈਂ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ, ਇਹਨਾਂ ਦੇ ਚੈਨਲ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਕਿ ਦੁੱਖ ਦੀ ਘੜੀ ਦੇ ਵਿੱਚ ਇਹ ਸਾਡੇ ਨਾਲ ਆ ਕੇ ਖੜੇ ਹੋਏ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਭਾਈ ਜਨ, ਆਪਣੇ ਇਸ ਘਰ ਕੀ ਇਸ ਪ੍ਰੋਪਰਟੀ ਕੇ ਪੈਸੇ ਜੋ ਉਨਕੇ ਅਬਾਹੋ ਅਜਦਾਦ ਕੋ ਦੀਏ ਹੋਏ? ਜੀ ਹਾਂ, ਹਮਨੇ ਪੈਸੇ ਦੀਏ ਹੋਏ ਹੈ, ਔਰ ਪੁਰਾਣੇ ਰੇਟ ਪੇ ਜੋ ਉਹਨੇ ਹਮਾਰੇ ਸਾਥ ਵਾਦਾ ਕੀਆ ਥਾ ਉਸੀ ਕੇ ਸਾਥ ਹਮਨੇ ਪੈਸੇ ਦੀਏ ਹੈ, ਔਰ ਬਾਕੀ ਜੋ ਰਹਤੇ ਹੈ ਵੋ ਵੀ ਦੇਨੇ ਕੋ ਹਮ ਤਿਆਰ ਹੈ। ਅੱਛਾ, ਕਿੰਨੇ ਅਰਸੇ ਤੋਂ ਤੁਸੀਂ ਇੱਥੇ ਰਹਿ ਰਹੇ ਹੋ? ਹਮੇ 60 ਔਰ 70 ਸਾਲ ਹੋ ਚੁੱਕਿਆ, 60 ਕੀ ਦਹਾਈ ਮੈਂ ਇੱਧਰ ਬੈਠੇ ਥੇ। ਅੱਛਾ ਜੀ, ਇਹ ਆਪਕੇ ਮੇਰੇ ਖਿਆਲ ਪਾਪਾ ਨੇ ਦੀਏ ਥੇ, ਇਸਕੇ ਪੈਸੇ ਉਤਾਰ ਦੀਏ ਥੇ? ਜੀ, ਪਾਪਾ ਨੇ ਸ਼ੁਰੂ ਕੀਆ ਥੇ, ਪਾਪਾ ਨੇ। ਉਸ ਵਕਤ ਆਪਕੋ ਇਹ ਉਨਕੇ ਬਾਹੋ ਜਦਾਨ ਨੇ, ਇਨਕੇ ਬਜ਼ੁਰਗੋ ਨੇ ਇਹ ਜਗ੍ਹਾ ਕਿਸੇ ਐਗਰੀਮੈਂਟ ਕੇ ਮਤਹਿਤ ਦੀ ਥੀ ਕਿ ਜਾਂ ਵੈਸੇ ਕਿ ਥੇ ਆਪ ਇਸਕੋ ਆਬਾਦ ਕਰੇਂ? ਜੀ ਸਰ, ਉਹਨੇ ਕਹਾ ਥਾ ਆਪ ਬੈਠ ਜੇ, ਆਪਕੋ ਕੋਈ ਨਹੀਂ ਉਠਾਏਗਾ, ਫਿਰ ਵੀ ਉਸਕੇ ਬਾਅਦ ਹਮ ਲੋਗੋ ਨੇ ਉਨਕੋ ਪੈਸੇ ਦੀਏ ਹੈ ਔਰ ਬੈਠੇ ਹੈ, ਉਨਕਾ ਆਪਕੋ ਕੋਈ ਨਹੀਂ ਉਠਾਤਾ। ਅਬ ਵੋ ਆਪਣੇ ਬਜ਼ੁਰਗੋ ਕੇ ਵਾਦੋ ਕੀ ਪਾਸਦਾਰੀ ਨਹੀਂ ਕਰ ਰਹੇ? ਨਹੀਂ ਕਰ ਰਹੇ ਜੀ। ਤੋ ਆਪਨੇ ਉਨਕੇ ਸਾਥ ਕੋਈ ਮੀਟਿੰਗ ਜਾਂ ਕੋਈ ਅਪੀਲ ਕੀ ਥੀ? ਜੋ ਉਨਕੋ ਹਮਨੇ ਪੈਸੇ ਦੀਏ ਹੈ ਨਾ, ਉਨਸੇ ਵੀ ਵੋ ਮੁਕਰ ਗਏ ਹੈ। ਉਨਕੀ ਕੋਈ ਰਸੀਦ ਵਗੈਰਾ ਆਪਕੇ ਪਾਸ ਹੈ ਲੋਗੋ ਕੇ ਪਾਸ? ਠੀਕ ਹੈ, ਥੈਂਕ ਯੂ ਜੀ। ਜੀ ਨਾਜ਼ਰੀਨ, ਹਮਾਰੇ ਸਾਥ ਮਜ਼ੂਰ ਭਾਈ ਜੋ ਡਿਸੇਬਲ ਹੈ, ਉਨਸੇ ਜਾਣੇਂਗੇ ਕਿ ਆਜ ਕੀ ਰਾਤ ਜੋ ਛੱਤ ਕੇ ਬਗੈਰ ਉਹਨੇ ਗੁਜ਼ਾਰੀ। ਜੀ ਭਾਈ ਜੀ, ਸਾਰੀ ਰਾਤ ਬਾਹਰ ਮੈਂ ਬਿਮਾਰ ਕੀ ਹਾਲਤ ਹੋਇਆ ਔਰ ਹਮਾਰੇ ਉੱਪਰ ਜ਼ੁਲਮ ਕੀਆ ਜਾ ਰਿਹਾ। ਤੁਸੀਂ ਹੁਣ ਮੌਜੂਦਾ ਹਕੂਮਤ ਦੇ ਅੱਗੇ ਕਿਹੜੀ ਅਪੀਲ ਕਰਨਾ ਚਾਹੁੰਦੇ ਹੋ? ਅਪੀਲ ਸਾਡੇ ਤੇ, ਮੈਂ ਮਰੀਅਮ ਨਵਾਜ਼, ਮੈਂ ਦੇਖੇ ਨਾਜ਼ਰੀ, ਇਹ ਛੋਟਾ ਭਾਈ ਇਤਨਾ ਪਰੇਸ਼ਾਨ ਹੈ, ਪਰੇਸ਼ਾਨੀ ਕੀ ਹਾਲਤ ਸੇ ਇਸਸੇ ਬੋਲਾ ਨਹੀਂ ਜਾ ਰਹਾ। ਮਰੀਅਮ ਨਵਾਜ਼ ਸੇ ਕੁਛ ਆਪ ਕਹਿਣਾ ਚਾਹਤੇ ਹੈ? ਜੀ, ਹਮੇ ਹਮਾਰੇ ਘਰ ਵਾਪਸ ਲੈ ਕਰ ਦੇ, ਹਮਾਰੀ ਖਾਤੇ। ਹਮਾਰੇ ਸਾਥ ਬੱਚੇ ਮੌਜੂਦ ਹੈ ਇਸ ਗਲੀ ਕੇ, ਜੀ ਇਨਕਾ ਰੋਸ਼ਨ ਫਿਊਚਰ ਤਬਾਹ ਕੀਆ ਜਾ ਰਹਾ। ਜੀ ਬੱਚੋ, ਆਪ ਮਰੀਅਮ ਨਵਾਜ਼ ਸੇ ਕੁਛ ਕਹਿਣਾ ਚਾਹਤੇ ਹੈ? ਜੀ, ਹਮਾਰੇ ਸਾਥ ਫਾਦਰ ਖਾਲ ਆਸੀ ਸਾਹਿਬ ਮੌਜੂਦ ਹੈ। ਫਾਦਰ ਜੀ, ਜੀ ਬਤਾਏ ਉਸ ਪਾਰਟੀ ਕੇ ਸਾਥ ਕਿਆ ਐਗਰੀਮੈਂਟ ਚੱਲ ਰਹੇ ਆਪਕੇ ਸਾਥ? ਹਮਾਰੀ ਬਾਤ ਨਹੀਂ ਹੈ ਉਸ ਪਾਰਟੀ ਕੇ ਸਾਥ, ਉਨਕੇ ਵਿਕਲਾ ਕੇ ਸਾਥ, ਔਰ ਹਮ ਇਸ ਨਤੀਜੇ ਪਰ ਪਹੁੰਚੇ ਹੈ, ਉਨਸੇ ਹਮਨੇ 2 ਘੰਟੇ ਕਾ ਟਾਈਮ ਲਿਆ ਹੈ, ਔਰ ਅਭੀ ਕੋਈ ਫੈਸਲਾ ਕਰ ਰਹੇ ਹੈ ਕਿ ਹਮ ਉਨਕੋ ਇਸ ਤਰੀਕੇ ਸੇ ਪੇਮੈਂਟ ਕਰ ਸਕਤੇ ਹੈ ਔਰ ਆਸਾਨ ਕਿਸ਼ਤੋਂ ਮੇ ਇਤਨੀ ਮੁੱਦਤ ਮੇ ਕਰ ਸਕਤੇ ਹੈ, ਔਰ ਯੇ ਅਗਰ ਉਸ ਪਾਰਟੀ ਕੇ ਸਾਥ ਹਮਾਰਾ ਐਗਰੀਮੈਂਟ ਹੋ ਜਾਤਾ ਹੈ ਤੋ ਫਿਰ ਹਮ ਸੁਪਰੀਮ ਕੋਰਟ ਕੋ ਬਤਾ ਦੇਂਗੇ ਕਿ ਹਮਾਰਾ ਐਗਰੀਮੈਂਟ ਹੋ ਗਿਆ ਹੈ, ਵਰਨਾ ਫਿਰ ਕੋਰਟ ਮੇ ਤੋ ਫਿਰ ਹੈ, ਔਰ ਹਮਾਰੇ ਘਰੋਂ ਕੋ ਤੋ 3 ਘਰੋਂ ਕੋ ਜੋ ਹੈ ਉਸ ਕੋਰਟ ਤਾਲਾ ਲਗਾ ਕੇ ਚਲੀ ਗਈ ਹੈ, ਔਰ ਬਾਕੀ ਜੋ ਹੈ ਉਹ 25 ਘਰ ਹੈ ਟੋਟਲ, ਔਰ ਦੇਖਦੇ ਹੈ ਕਿ ਕਿਸ ਘਰ ਮੇ 3-4 ਖਾਨਦਾਨ ਰਹਿ ਰਹੇ ਹੈ, ਬਹੁਤ ਸਾਰੇ ਮੁਤਾਸਰੀਨ ਹੈ ਔਰ
फातर जी, ये फातर जी हमें ये बताएं, जो ये एग्रीमेंट कर रहे हैं पुराने रेट पे कर रहे हैं, कभी न्यू पे होगा? अभी ये तय नहीं पाया, क्योंकि हमने जो पैसे उनसे पहले तय किए थे शायद वो इस पर एग्री हो जाए, अगर नहीं होते तो फिर ये उन्होंने बताया नहीं। उन्होंने कहा तो पहले आप हमें ये बता दें कि वो तमाम लोग जो है वो एग्री है पैसे देने के लिए, और दूसरे नंबर पर कि वो चाहते हैं कि उनके साथ एग्रीमेंट किया जाए, क्योंकि वो इस शक में है कि तमाम लोग हमें पैसे नहीं देंगे और कुछ लोग जो है वो हमसे भाग जाएंगे। जुलम के ये सांप थे हम नहीं मानते, 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 जुलम के ये सांप थे हम नहीं मानते। क्या हुकूमत वक्त से क्या अपील करना चाहते हैं? हम रात से बाहर बैठे हुए हैं, ऐसे हम भूखे, कल 9 बजे से बाहर बैठे हुए सड़क पे, हमने अभी तक कुछ नहीं खाया और हम स्कूल भी नहीं जा रहे, हमारी स्टडी की है ना वो खर्च हो रहा है। देखे नाज़रीन, हमारी कौम के फ्यूचर अब एहतजाज कर रहे हैं, जिनको स्कूलों में होना चाहिए आज सड़कों में है, अपनी छत के बगैर है। खुदाया हुकूमत से अपील करता हूँ इन पर रहम किया जाए, खुसूसन फैसलाबाद की मसीही कौम पर रहम किया जाए। ये नाज़रीन देखें, बाबड़ा की बिजली भी उनको फ्राहम नहीं है, मीटर काट दिए गए हैं, गैस के मीटर काट दिए गए हैं, और मुकम्मल इनको तकलीफ दी जा रही है। और ये देखें, मैं आपको जो उनके साथ सलूक किया गया, उनका साधु सामान बिखरा पड़ा हुआ गलियों में पड़ा हुआ है, बेगारों मददगार ये सामान पड़ा हुआ है। मौजूद है मंजू साहब, एज ए सोशल वर्कर हैं, तो आप हम अकबराबाद के मामला किस तनाजर में देखते हैं? मैं ये मसला तकरीबन 25 साल से चल रहा है कि जगह लेनी है देनी है क्या करना है, लेकिन ये लोग जो हैं पुश्तों से, तीन पुश्तों से यहाँ रह रहे हैं, उस वक्त ये खाली प्लॉट थे और इन लोगों ने बड़ी अजीतें बर्दाश्त की, यहाँ ना बिजली थी ना गैस थी, बिल्कुल गलियाँ जो है वो एक जोहर का समा पे। अच्छा मंजू साहब, ये आबादकार लोग थे जिन्होंने इतनी मशक्कत के साथ मुश्किलों के साथ इस जगह को तमीर किया? जी, जैसे कि मैंने बताया कि ये तीन पुश्तों से यहाँ रह रहे हैं, यहाँ पर बिल्कुल जो कंडीशन थी ना बिजली पानी, बड़ी अजीतें बर्दाश्त की, आज इन्होंने मेहनत करके मकान बना लिए और जगह की कीमत बढ़ गई। और ये एक सियासी मसला है, क्योंकि राजा साहब जो है सियासी रुकन है बल्कि लीडर भी माने जाते हैं, उन्होंने जब देखा कि जगह कीमती है तो इन लोगों को यहाँ से उठा देना चाहिए। अब वो जो पैसे मांग रहे हैं, अदालत में केस चला और एक मसीही वकील जिसने इस कम्युनिटी के साथ ब्लंडर किया, उसने उन्हें बताया ही नहीं कि पैसे जो है अदालत ने नोटिस या हुक्मनामा जारी कर दी है कि पैसे आपने पे करने हैं। अगर इनको बर वक्त बता दिया जाता तो आज ये अपने पैसों का बंदोबस्त करते और मालिक तक पहुंचा देते, ताकि ये ऐसी गंभीर सिचुएशन जो है ना पैदा हो। साथ मौजूद यशवा भट्टी साहब हैं, यंग एक्टिविस्ट हैं और नौजवान हैं और यूथ को भी लीड कर रहे हैं। अच्छा यशवा साहब, आप हमें बताएं कि आप एज ए यूथ होते अपने यूथ का फ्यूचर कैसे देख रहे हो, इस मामलात को कैसे देख रहे हो? जी नदीम भाई, बहुत शुक्रिया नेशनल न्यूज़ का कि आप इस मसले को हमारे साथ हाईलाइट कर रहे हैं। जनाब, अकबराबाद मेरे पैदा होने से पहले की यहाँ आबादकारी है, यहाँ पहले खंडरात थे, मसीही लोग आए, इन्होंने इसको आबादकारी यहाँ की और इंसानों के रहने के काबिल इसको बना दिया, और आज जाकर हुकूमत को याद आ रहा है और सियासी वर्करों को याद आ रहा है जिसमें राजा रियाज साहब शामिल हैं कि ये अच्छी ज़मीन है, ये यहाँ शहरी आबादी है, हम इसको खाली करवाएं ताकि मसीही लोग बेघर हो जाएं। तो हम इस बात पर जोर मजम्मत करते हैं। और देखिए, अब जो थोंसा जा रहा है मामला सुप्रीम कोर्ट की जानिब से कि एक साल का या चंद महीनों का टाइम दिया जा रहा है इन गरीब तबके को,
تو ہم اس بات کی بھی مذمت کرتے ہیں کیونکہ اس میں دیکھیں ایک سال میں تو کس طرح 20 لاکھ یا 30 لاکھ ادا کر سکتا ہے, یہ غریب لوگ ہیں, مزدور طبقہ ہے, ادا نہیں کر سکتے. تو مہربانی فرما کر ہماری انتظامیہ سے التماس ہے, میڈم سی ایم سے التماس ہے کہ ان کی مدد ضرور کریں. جی ہمارے ساتھ پرویز بٹی صاحب موجود ہیں جو ہمارے سیاسی ورکر ہیں. جی پرویز صاحب ہمیں یہ بتائیں کہ آپ سیاسی آدمی ہیں اور وہ راجہ ریاض صاحب بھی سیاسی گرانی سے تعلق رہتے ہیں, اس کو آپ کس نظر سے دیکھتے ہیں؟ انسان ہے, میں سمجھتا ہوں جو سیاسی بندہ ہوتا ہے وہ جو اپنے فیصلے ہیں وہ سیاست کے لیے ہے, اور میں سمجھتا ہوں کہ صاحب آپ ہمیں یہ بتائیں کہ یہ ان کے سیاسی حلقے میں شامل ان لوگوں نے ان کو ووٹ دیے, سپورٹ کیے, اب وہ اس معاملات کو گہری نظر سے دیکھ رہے ہیں, محبت کی نظر یا آئینی نظر سے دیکھ رہے ہیں؟ اگر تو دیکھا جائے آئینی نظر سے تو پھر تو میرے خیال میں جو عدالت کا فیصلہ ہے بیسٹ ہے, تو اگر اس کو سیاسی نظر سے دیکھا جائے تو پھر ڈائلاگک بھی مسئلہ ہوگا. میں سمجھتا ہوں کہ انسان ہونے کے ناطے, سیاسی ورکر ہونے کے ناطے, سیاسی لیڈر ہونے کے ناطے ریاض صاحب کو چاہیے کہ وہ اسے سیاسی نظر سے دیکھے, سیاسی طریقے سے. اکبر آباد کے مقامی بھائی موجود ہیں شہزاد جوزف صاحب. شہزاد جوزف صاحب آپ اس معاملات میں جو ابھی نیا ایگریمنٹ ہوا ہے اس کے متعلق ہمیں کچھ وضاحت کریں. جی میرا نام شہزاد جوزف ہے اور 8 سال سے یہاں مقیم ہیں اس جگہ پہ. یہ جگہ راجہ ریاض اور ان کی فیملی کی ہے اور ہم نے کیونکہ کچھ پیسے دیے ہیں, ہمارا ایگریمنٹ ہوا تھا ان کا پرانا 2022 میں, جس میں ہم نے 1.50 کروڑ روپے دے چکے ہیں اور بقایا بھی ہم آہستہ آہستہ دے رہے تھے. یہ غریب لوگ ہیں, کوئی رکشہ چلاتا ہے, کوئی رنگ ساز ہے, کوئی مزدوری کرتا ہے, کوئی لیبر ہے, کوئی بیچارہ صفائی کا کام کرتا ہے. اس حوالے سے ہم کو کچھ عرصہ ان کو پیسے نہیں دے سکے, تو انہوں نے جو ہمارے اوپر جو تلوار لٹکائی ہوئی تھی سپریم کورٹ کے بیلٹ کے آرڈر, تو وہ انہوں نے رکھوائے ہوئے تھے. وہ انہوں نے کل انہوں نے جناب وہ بیلٹ ڈلوا کر ہمارے 3 گھروں کو خالی کروا کے سامان باہر پڑا ہوا ہے اور ہم غریب یتیم مسکین ہیں اور ہمارا کوئی بھی اس وقت آپ موجودہ انتظامیہ حکومت وقت کو کیا اپیل کرنا چاہتے ہیں؟ ہم یہ اپیل کرنا چاہتے ہیں کہ یہ ہماری جو ہمارے گھر خالی کروائے گئے ہیں یہ ان گھروں کو ہمیں واپس بھیجا جائے اور ہم انہیں ایسا پیسے دینے کے لیے تیار ہیں.